हैदराबाद विश्वविद्यालय के एक दलित छात्र द्वारा आत्महत्या के मामले की आग पंजाब तक पहुंच गई है और जलंधर में कांग्रेस कार्यकर्ताओं ने स्मृति ईरानी का पुतला फूक दलित पर हो रहे अत्याचार की निंदा की कांग्रेस कार्यकर्ता ने केंद्र की भाजपा सरकार स्मृति ईरानी व पंजाब सरकार के खिलाफ नारेबाजी की और इस मौके कांग्रेस के जिला प्रधान राजेंद्र बेरी ने कहा कि जब से केंद्र में नरेंद्र मोदी के नेतृत्व में भाजपा सरकार ਵੱਹ ਪੰਜਾਬ ਮੇ ਗਠਬੰਧਨ ਸਰਕਾਰ ਬਣੀ ਹੈ Dalitੋ ਪਰ ਅਤਿਆਚਾਰ ਕੇ ਮਾਮਲੇ ਵੀ ਵਡੋਤਰੀ ਹੋਈ ਹੈ ਕਾਂਗਰਸ ਇਸਕਾ ਵਿਰੋਧ ਕਰਤੇ ਹੈ ਔਰ ਮੰਗ ਕਰਤੇ ਹੈ ਕਿ ਐਸੇ ਅਤਿਆਚਾਰੋ ਪਰ ਲਗਾਮ ਲਗਾਈ ਜਾਏ ਜਿਹੜਾ Dalit Rohit Hyderabad University ਦਾ ਲੜਕਾ ਸੀਗਾ ਜਿਹਨੇ ਸੁਸਾਈਡ ਕੀਤੀ ਹੈ ਅਜੋਂ ਦੇ ਸੰਬੰਧ ਵਿੱਚ ਅਸੀਂ ਜ਼ਿਲ੍ਹਾ ਕਾਂਗਰਸ ਕਮੇਟੀ ਜਲੰਧਰ ਵੱਲੋਂ ਸਮ੍ਰਿਤੀ ਰਾਣੀ ਦਾ ਪੁਤਲਾ ਥਾੜਿਆ ਜਦੋਂ ਦੀ ਮੋਦੀ ਦੀ ਸਰਕਾਰ ਬਣੀ ਹੈ ਖਾਸ ਕਰਕੇ ਦਲਤਾਂ ਦੇ ਉੱਪਰ ਅਤਿਆਚਾਰ ਬਹੁਤ ਜ਼ਿਆਦਾ ਵੱਧ ਗਏ ਆ ਅੱਜ ਆਪਾਂ ਪੰਜਾਬ ਦੀ ਗੱਲ ਕਰ ਲਈਏ ਅਬੋਹਰ ਕਾਂਡ ਤਰਨਤਾਰਨ ਵਾਲਾ ਪਟ્રોલ ਵਾਲਾ ਕਾਂਡ ਔਰ ਅੱਜ ਜਿਹੜਾ ਰੋਹਿਤ ਲੜਕਾ ਜਿਹੜਾ ਇੱਕ ਸਟੂਡੈਂਟ ਸੀ ਔਰ ਦਲਤਾਂ ਦੇ ਲੀਡਰਾਂ ਦੇ ਵਿੱਚ ਬੜੀ ਚੰਗੀ ਤਰ੍ਹਾਂ ਉੱਤੇ ਉੱਭਰ ਕੇ ਆ ਰਿਹਾ ਸੀਗਾ ਉਹਨੂੰ ਜਿਸ ਤਰ੍ਹਾਂ ਇਹਨਾਂ ਨੇ ਪਹਿਲਾਂ ਯੂਨੀਵਰਸਿਟੀ ਦੇ ਵਿੱਚੋਂ ਐਕਸਪੈਲ ਕੀਤਾ ਔਰ ਉਸ ਤੋਂ ਬਾਅਦ ਉਹਦੇ ਉੱਪਰ ਇੰਨੀਆਂ ਸਾਜ਼ਿਸ਼ਾਂ ਔਰ ਇਹਨਾਂ ਕੋਲ ਨੂੰ ਕਰ ਤੰਗ ਕੀਤਾ ਕਿ ਉਸ ਵਿਚਾਰੇ ਨੇ ਸੁਸਾਈਡ ਕੀਤੀ ਹੈ ਸਾਡੀ ਅੱਜ ਖਾਸ ਕਰਕੇ ਪੰਜਾਬ ਸਰਕਾਰ ਤੋਂ ਇਹੀ ਮੰਗ ਹੈ ਕਿ ਜਿੰਨਾ ਦਲਤਾਂ ਦੇ ਅਤਿਆਚਾਰ ਤੁਸੀਂ ਕਰ ਰਹੇ ਹੋ ਮੋਦੀ ਸਰਕਾਰ ਕਰ ਰਹੀ ਹੈ ਇੰਨਾ ਅਤਿਆਚਾਰ ਅੱਗੇ ਕਦੇ ਨਹੀਂ ਹੋਇਆ ਸੀਗਾ ਜਲੰਧਰ ਸੇ ਅਜਾਟੀਵੀ ਨਿਊਜ਼ ਕੇ ਲਈ ਰਜਤ ਪ੍ਰੀਤ ਸਿੰਘ ਦੀ ਰਿਪੋਰਟ